ਕਹਣਾ ਪੂਰੇ ਪੂਰੇ ਡੈਡੀ ਬੋਲਣ ਨਹੀਂ ਦਿੰਦਾ ਤੂੰ ਆਹੋ ਮੈਂ ਤੇਰੇ ਕਰੀ ਸਿੱਕਾ ਬੱਦਾ ਮੈਂ ਕਿਹਾ ਕੋ ਕਹਿਨੀ ਹੈ ਤੇ ਉਸੇ ਵਾਲੇ ਤੂੰ ਹੁਣ ਕੁੱਟਦਾ ਪਤਾ ਨਹੀਂ ਮੂੰਹ ਤੇ ਕੀ ਗੁਰਮਨ ਕਰਦਾ ਹਾਂ ਸਿੱਕਾ ਬੱਦਾ ਲੈ ਵੇ ਇੰਡੀਆ ਜਿੱਤ ਗਈ ਹੈ ਸਾਰਿਆਂ ਨੂੰ ਮੁਬਾਰਕਾਂ ਭਾਈ ਗੌਤਮ ਵੀ ਹੈਗਾ ਜੀ ਕੋਚ ਅਤੇ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਭਾਈ ਜਿਹੜੇ ਜਿਹੜੇ ਨੇ ਮੈਚ ਵੇਖਿਆ ਹੈ ਇਹ ਕੀ ਲੈਂਦਾ ਡੈਡੀ ਅੱਛਾ ਅੱਛਾ ਕੀ ਫੁੱਲ ਡੀ ਮੰਗਣ ਡੈਡੀ ਜੀ ਭਿੰਡੀਆਂ ਤੋਰੀਆਂ ਇਹ ਸਭ ਮਤਲਬ ਕਰਨ ਡੇ ਵੱਖੋ ਵੱਖ ਕਿਉਂਕਿ ਇੱਕੋ ਥਾਂ 'ਤੇ ਲਿਫਾਫੇ 'ਚ ਲਿਆ ਮੈਨੂੰ ਹਾਂਜੀ ਇਹ ਖਾਣ ਡੀ ਪਾਲਕ ਭੂਆ ਜੀ ਨੂੰ ਦੇ ਦੇਵਾਂਗੇ ਨਾ ਥੋੜ੍ਹੀਆਂ ਮਿਰਚਾਂ ਮੁਰਚਾਂ ਤੋਰੀਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਅੱਜ ਦਿਨ ਵਲੋਗ ਦੇ ਵਿੱਚ ਅਤੇ ਅੱਜ ਚੱਲੇ ਨੇ ਭੂਆ ਜੀ ਹੁਣੀ ਆਪਣੇ ਘਰ ਵਾਪਸ ਫੁੱਫੜ ਜੀ 'ਤੇ ਚਲੇ ਗਏ ਸਵੇਰੇ ਕਿਉਂਕਿ ਉਹਨਾਂ ਨੇ ਡਿਊਟੀ ਜਾਣਾ ਹੈ ਪਾਠ ਕਰਦੇ ਟਾਹਲਾ ਸਾਹਿਬ ਗੁਰਦੁਆਰੇ ਅੰਮ੍ਰਿਤਸਰ ਅਤੇ ਹੁਣ ਭੂਆ ਜੀ ਵੀ ਚੱਲੇ ਨੇ ਕਿਉਂਕਿ ਭਾਬੀ ਹੁਣੀ ਘਰੇ ਹੀ ਆਇਆ ਇਕੱਲੇ ਘਰ ਆ ਕਿਉਂਕਿ ਗੋਪੀ ਵਾਲਪੇਪਰ ਲਗਾਉਣ ਵਾਸਤੇ ਗਿਆ ਹੋਇਆ ਕੰਮ 'ਤੇ ਚੱਲੇ ਨੇ ਭੂਆ ਜੀ ਹੁਣੀ ਰੈਡੀ ਸ਼ੈਡੀ ਹੋ ਗਏ ਨੇ ਤਿਆਰ ਉੱਧਰ ਬੈਗ ਤਿਆਰ ਭੂਆ ਜੀ ਦਾ ਲਓ ਬੈਗ ਮੈਂ ਫੜਨਾ ਇਹਨੂੰ ਨੀ ਖੜਨਾ ਮੈਂ ਹੁਣ ਰੱਖੜੀ ਨਿਕਾਲ ਕੇ ਬਾਬੇ ਦਾ ਵਿਆਹ ਨਿਕਾਲੀਏ ਫੇਰ ਵੇਖਾਂਗੇ ਉਹੀ ਮੈਂ ਕਹਿਣਾ ਵੀ ਰੱਖੜੀ ਤੇ ਹੋਣਗੇ ਤਾਂ ਹੀ ਤਾਂ ਕਹਿਣਾ ਫਿਰ ਉਸ ਤੋਂ ਬਾਅਦ ਮੈਂ ਅਸੀਂ ਵੇਖਾਂਗੇ ਮੈਂ ਹੀ ਕਹਿਣਾ ਲੈ 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 ਇਹਨੂੰ ਕਾਹਲੀ ਪੈ ਗਈ ਮੈਂ ਭੂਆ ਜੀ ਨੂੰ ਬੱਸ ਸਟੈਂਡ ਛੱਡ ਆਵਾਂਗਾ ਬੱਸ ਸਟੈਂਡ ਗੱਡੀ 'ਤੇ ਇੱਧਰ ਆ ਜਾ ਇੱਧਰ ਇਹਨੂੰ ਡਾਕਟਰ ਕੋਲ ਫੜੀ ਫੜੀ ਮੰਮੀ ਇਹਨੂੰ ਡਾਕਟਰ ਕੋਲ ਖੜਾ ਇਹਨੂੰ ਡਾਕਟਰ ਕੋਲ ਖੜਾ ਫੜੀ ਹੁਣ ਬਖਸ਼ਣਾ ਨਹੀਂ ਫੜੀ ਨੂੰ ਟੀਕਾ ਲਵਾਵਾਂ ਇਹਨੂੰ ਫੜ ਫੜ ਇਹਨੂੰ ਟੀਕਾ ਲਵਾਉਣਾ ਮੈਂ ਤੈਨੂੰ ਸ਼ੈਤਾਨੀ ਕਰਦੀ ਨੂੰ ਬਾਰਿਸ਼ ਫੇਰ ਪੈ ਗਈ ਹੈ ਇਸੇ ਕਰਕੇ ਗੱਡੀ ਨੂੰ ਧੋਈ ਤੈਨੂੰ ਮੈਂ ਫੜੀ ਜਾ ਰਹੀ ਮੈਂ ਟੀਕਾ ਲਵਾਵਾਂ ਇੱਕ ਮਿੰਟ ਚੱਲ ਅੰਦਰ ਇਹ ਭੱਜੀ ਆਉਂਦੀ ਏ ਕੀ ਓਕੇ ਬੋਆ ਠੀਕ ਹੈ ਚੱਲੀਏ ਹੁਣ ਸਾਡੇ ਕਹਿੰਦੇ ਬਟਾਲੇ 'ਚ ਪਾਣੀ ਬੜਾ ਆ ਗਿਆ ਕਹਿੰਦੇ ਮੇਰੇ ਉਰੇ ਪਾਣੀ ਬਹੁਤ ਆ ਗਿਆ ਵੇਖੋ ਹੈਂ ਓਹੋ ਹੋ ਕੀ ਬੰਡਿਆ ਵੇ ਦੁਕਾਨਾਂ ਵਾਲਿਆਂ ਦਾ ਮੰਦਾ ਹਾਲ ਵਿਚਾਰਿਆਂ ਦਾ ਜੀ ਇਹ ਹੈਗਾ ਆ ਫੁਹਾਰਾ ਚੌਂਕ ਲਾਗੇ ਰਾਤ ਦੀ ਮੈਂ ਕਿਹਾ ਗੱਡੀ ਦੀ ਟੈਂਕੀ ਫੁੱਲ ਗੱਡੀ ਦੇ ਸ਼ੀਸ਼ੇ 'ਤੇ ਕਰਵਾ ਰਹੇ ਹਾਂ ਟੇਪ ਹਾਂ ਨਹੀਂ ਇੱਥੇ ਵੀ ਟੇਪ ਕਰਵਾ ਤੀ ਡਿਸਪਲੇ 'ਤੇ ਵੀ ਕਿਉਂਕਿ ਉਹ ਪਹਿਲਾਂ ਹੋਈ ਸੀਗੀ ਉਹ ਸਹੀ ਨਹੀਂ ਸੀ ਧੱਬੇ ਜਿਹੇ ਬੜੇ ਬਣੇ ਪਏ ਸੀ ਆਪਾਂ ਪਹੁੰਚ ਗਏ ਹਾਂ ਘਰੇ ਅਤੇ ਘਰ ਗੁੰਦੇ ਸੌਂ ਗਈ ਹੈ ਮੈਂ ਉਦੋਂ ਮਗਰਲੀਆਂ ਲਾਈਟਾਂ ਨਹੀਂ ਗੱਡੀ ਦੀਆਂ ਉਹਦੇ ਉੱਤੇ ਵੀ ਟੇਪ ਕਰਵਾਉਣੀ ਫਿਰ ਮੈਂ ਕਰਾਈ ਨਹੀਂ ਜਲਦੀ ਜਲਦੀ ਆ ਗਿਆ ਮੈਂ ਇਹ ਤੰਦ ਨਾ ਕਦੇ ਕਰਦੀ ਹੋਵੇ ਮੈਂ ਇਹਦਾ ਸੌਣ ਦਾ ਟਾਈਮ ਹੋਇਆ ਪਰ ਤੂੰ ਸਵਾਲ ਤਾ ਰੋਈ ਸੌਂ ਗਈ ਰਮਾਨ ਚੱਲ ਸਹੀ ਕੀ ਕਰੀ ਜਾਂਦੇ ਜੀ ਮਹਾਰਾਜ ਡੈਡੀ ਡਿਊਟੀ ਡਿਊਟੀ 'ਤੇ ਗਏ ਅੱਛਾ ਮੈਂ ਆਪਣੀ ਡਿਊਟੀ ਕਰਦਾ ਹੁਣ
ਡਿਊਟੀ ਬੜੀ ਪੈਣ ਡਈ ਜੀ ਮੇਰੀ ਮਸਤਾਈ ਹੈ। ਹਾਂਜੀ ਕੀ ਹਾਲ ਚਾਲ ਜੀ? ਠੀਕ। ਡਿਊਟੀ ਬੜੀ ਪੈਣ ਡਿਆ, ਗਏ ਨੇ ਡਿਊਟੀ 'ਤੇ ਆਪਣੀ? ਹੈਂ, ਉੱਥੇ ਰਿਹਾ ਕਰੋ ਕਿ ਦੱਸ ਘਰੇ ਕੀ ਹੈਂ? ਕੀ ਆ ਕਿ ਟੁੱਟਿਆ ਕੀ? ਆਪਣੀ ਡਿਊਟੀ 'ਤੇ ਜਾਓ, ਦਵਾਈ ਖਾ ਕੇ ਭਿੰਡੀਆਂ ਨਹੀਂ ਲਾਉਣੀਆਂ ਡਰਜੀ। ਭਿੰਡੀਆਂ ਦੇ ਬੜੇ ਬੜੇ ਰੁੱਖ ਬੂਟੇ ਵੱਡੇ ਹੋ ਗਏ ਆ, ਅਤੇ ਉਹ ਕਰਨਾ ਲਾਉਂਦੇ ਜੇ ਮੁੜ ਰੱਖੀ ਆ, ਇਹ ਕੀ ਉਹਦਾ ਨਾਮ ਆ, ਕੀ ਉਹਨੂੰ ਕਹਿੰਦੇ ਜਿਹੜੀਆਂ ਖਿੱਚੀ ਢੰਗ ਨਹੀਂ, ਕੀ ਉਹਨੂੰ ਕਹਿੰਦੇ ਢਾਂਗੀ, ਢਾਂਗੀ ਨਾ ਲਾਉਂਦੇ? ਕਿੱਥੇ ਢਾਂਗੀ? ਹੈਂ, ਬੱਕਰੀਆਂ ਵਾਲੇ ਕੋਲ? ਉਹਦੇ ਕੋਲ, ਉਹਦੇ ਕੋਲ ਖੜਦੇ ਮੰਗ ਕੇ? ਅੱਛਾ ਅੱਛਾ ਠੀਕ ਹੈ, ਦੇ ਦੇ ਦਿੰਦਾ ਉਹ? ਫਿਰ ਤਾਂ ਤੁਹਾਨੂੰ ਦੁੱਧ ਵੀ ਪਿਆਉਂਦੇ ਹੋਣੇ ਬੱਕਰੀਆਂ ਦੇ ਕਿਲੋ ਵੀ? ਲਓ ਭਾਜੀ, ਤੁਸੀਂ ਬੜੀ ਮਿਹਨਤ ਕਰਕੇ ਆਏ ਜੇ, ਹਾਂ ਦੁੱਧ ਪੀਓ ਬੱਕਰੀਆਂ ਦੇ ਕਿਲੋ। ਹੈਂ, 400 ਦਿੰਦਾ ਦਿੰਦਾ ਹੈ ਦੁੱਧ। ਅੱਛਾ ਤਾਈ ਡੈਡੀ ਭੂਆ ਚਲ ਗਏ, ਛੱਡ ਆਇਆ ਮੈਂ, ਮੈਂ ਰਾਹ 'ਚ ਰੁਕ ਗਿਆ, ਮੈਂ ਗੱਡੀ 'ਤੇ ਥੋੜ੍ਹੀ ਟੇਪ ਜੀ ਕਰਾਉਣੀ, ਕਰਵਾਉਣ ਲੱਗ ਪਿਆ ਫਿਰ ਨੀਂਦ ਹੀ ਆ ਗਈ ਬਾਬੂ ਨੂੰ। ਕੀ ਗਵਾਚਾ? ਨਹੀਂ ਗਵਾਚਾ ਕੀ ਆ? ਆਹੋ, ਤੇ ਕਿੱਥੇ ਜਾਣਾ ਲੈ ਕੇ? ਲੈ ਬਈ, ਤਿਆਰੀਆਂ ਸ਼ਿਆਰੀਆਂ ਚੱਲ ਰਹੀਆਂ ਨੇ ਜ਼ੋਰਾਂ ਸ਼ੋਰਾਂ ਦੇ ਨਾਲ, ਅਤੇ ਕੁੜੀ ਨੇ ਕਰ ਲਿਆ ਸੂਟ ਪ੍ਰੈਸ, ਅਤੇ ਗੁੜੀਆ ਰਾਣੀ ਤਾਂ ਮੇਰੀ ਸੁੱਤੀ ਆ, ਅਤੇ ਅਸੀਂ ਚੱਲੇ ਥੋੜ੍ਹਾ ਜਿਹਾ ਕੰਮ। ਅੱਛਾ, ਚੁੰਨੀ ਇਸ ਕਰਕੇ ਮੰਗਣ ਡੀ ਪਿਆ, ਚੁੰਨੀ ਜਿਹੜੀ ਇਹਦੇ ਨਾਲ ਮੈਚ ਕਰਨੀ। ਚੱਲ ਠੀਕ ਆ, ਟਾਈਮ ਪਾਸ ਠੀਕ ਹੈ। ਸਮਝੋ ਸਮਝੋ ਸਮਝੋ, ਹਿੱਲਣਾ ਨਹੀਂ, ਨਾ 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 ਨਾ, ਲਓ ਜੀ ਲਓ, ਨਾ ਨਾ ਲਓ, ਦੰਦੀ ਆਪਕੋ ਟੂ ਪੈਸ ਮੈਂ ਨਮਕ ਹੈ। ਇੱਧਰ ਦੂਰ ਦੂਰ ਦਵਾਈਆਂ ਚੱਲਣ ਡੀਆਂ ਨੇ, ਪਿਓ ਤੀ ਦਵਾਈਆਂ ਡੇ ਸ਼ਗਨ। ਕੀ ਆਖਣੇ ਮੰਮੀ? ਅੱਛਾ ਅੱਛਾ ਠੀਕ ਆ, ਸੁਣ ਗਈ ਗੱਲ ਲੜ ਜੀ, ਪਰ ਕੀ ਕਹਿਣ ਡੀ ਮੰਮੀ? ਕਹਿੰਦੀ ਮੈਂ ਹੱਥ ਵੱਢ ਦੇਣੇ ਜਿਹਨੇ ਮਤਲਬ ਡੰਡੀ 'ਤੇ ਫੜ ਕੇ ਨਾ ਦਰਵਾਜ਼ਾ ਖੋਲ੍ਹਿਆ, ਨਾਲ ਨਹੀਂ ਰਹਿਣ ਦੇਣੇ। ਕੱਪੜੇ ਲੱਥ ਗਏ, ਚਲੋ ਇਹ ਵੀ ਜੋ ਲੱਥਾ ਲਾਹੇਦਾ ਹੀ ਆ। ਬਹੁਤਾ ਨਹੀਂ ਤੇ ਮੇਰੇ ਵਾਲੀ ਸ਼ਰਦਾਈ ਜਦੋਂ ਮੈਂ ਕਰਦਾ ਨੀ ਛਾਣਦਾ ਵਾ, ਉਹਦੇ ਕੰਮ ਆਉਣਗੇ, ਇਹੋ ਵਰਤਣਾ ਹੀ ਬਸ, ਜੋ ਮਰਜ਼ੀ ਹੋ ਜੇ, ਜੰਗ ਲੱਗ ਜੇ ਭਾਵੇਂ, ਇਹੋ ਵਰਤਣੇ ਬਸ, ਉਹ ਧਿਆਨ ਪੰਜਾਬ ਜੋੜਦੇ ਹੁਣ। ਉਹਨੂੰ ਉਠਾ ਦਿੱਤਾ ਹਰਗਨ ਨੂੰ, ਪਤਾ ਨਹੀਂ ਕੀ ਗੱਲ ਸੀ, ਦੱਸ ਉਹਨੂੰ ਉਠਾ ਦਿੱਤਾ ਹੈਂ? ਨਹੀਂ ਕੀ ਗੱਲ, ਕੀ ਹੁੰਦਾ ਹੈਂ? ਅਤੇ ਉਹ ਮੈਂ ਕਿਹਾ ਕਿਹਦਾ ਨਾਮ ਲੜ ਜੀ, ਉਹ ਨਵਾਂ ਸੂਟ ਦੇਈਏ ਸੀਣ ਵਾਸਤੇ ਤੁਹਾਡਾ ਹੈਂ? ਉਹ ਜਿਹੜਾ ਭੂਆ ਜੀ ਨੇ ਦਿੱਤਾ ਸੀ, ਤੁਹਾਨੂੰ ਵਿਖਾਇਆ ਨਹੀਂ, ਜਿਹੜਾ ਤੁਸੀਂ ਕਹਿੰਦੇ ਹਾਂ ਠੀਕ ਹੈ, ਪਸੰਦ ਆ ਮੈਨੂੰ, ਗਾਂ ਵੀ ਦੇ ਦਿੱਤੇ, ਕੱਪੜੇ ਵੀ ਦੇ ਦਿੱਤੇ ਸੀਣ ਵਾਸਤੇ ਇੱਥੇ ਭਿੰਦਰ ਸਾਹਿਬ ਨੂੰ। ਚੱਲੀਏ, ਚਲੋ। ਸੰਦੀਪ ਅਤੇ ਮੰਮੀ ਵੀ ਗਈਆਂ ਬਾਜ਼ਾਰ, ਅਤੇ ਡੈਡੀ ਵੀ ਚਲੇ ਗਏ ਨੇ, ਅਤੇ ਮੈਂ ਫਿਰ ਹਰਗੁੰਦੇ ਹੋਣ ਲੱਗ ਗਏ, ਲੰਮੇ ਪਿਆ ਤਾਂ ਮੈਂ ਜਾਣਾ ਸੀਗਾ ਕੰਮ ਜਾਣਾ, ਗੱਡੀ ਦੇ ਬੈਕ ਸਾਈਡ ਦੀਆਂ ਲਾਈਟਾਂ ਉੱਤੇ ਟੇਪ ਕਰਵਾ ਕੇ ਲਿਆਉਣੀ ਸੀਗੀ, ਅਤੇ ਇਹ ਦੋਨੋਂ ਜਾਣੀਆਂ ਚਲੀਆਂ ਹੈਗੀਆਂ, ਰੱਖੜੀ ਦੀ ਛੱਪੂ ਛੱਪੀ ਪਤਾ ਨਹੀਂ ਕੀ ਕੁਛ ਲਿਆਉਣ ਵਾਸਤੇ ਗਈਆਂ ਹੋਈਆਂ ਨੇ। ਗੱਡੀ ਦੀ ਮਗਲੀ ਲਾਈਟ ਲੱਗੀਆਂ ਕਰਨ, ਬ੍ਰਦਰ ਆਰਟ ਦੇ ਕੋਲੋਂ ਸੀ, ਭਰਾ ਹੀ ਆਪਣੇ ਦੋਨੋਂ ਹੀ, ਅਤੇ ਇੱਕ ਲੈ ਜਾਵਾਂਗੇ
ਆ ਗੱਡੀ ਨਹੀਂ ਲਾਉਣਾ ਇੱਥੇ ਪਰਾਂਦੀ ਗੱਡੀ ਜਿੱਦਣ ਵਾਸ਼ ਕਰਾਂਗੇ ਫਿਰ ਬੰਨਦਾਂਗੇ ਅਤੇ ਇੱਕ ਆ ਇਹਨਾਂ ਨੂੰ ਕਹਿੰਦੇ ਭਲਾ ਪਤਾ ਨਹੀਂ ਕੀ ਕਹਿੰਦੇ ਭਾਅ ਜੀ ਇਹਨਾਂ ਨੂੰ ਕੀ ਕਹਿੰਦੇ ਡੋਰ ਗਾਰਡ ਇਹ ਵੀ ਲਾਉਣੇ ਗੱਡੀ ਨੂੰ ਇਹੋ ਲਵਾ ਲਈ ਫਿਰ ਕਿਹੜੇ ਸਹੀ ਰਹਿੰਦੇ ਆ ਨਹੀਂ ਵਧੀਆ ਕਹਿੰਦੇ ਇਹੋ ਹੀ ਆ 3000 ਦੇ ਤੁਸੀਂ ਲਾਈਟ ਚੈੱਕ ਕਰ ਸਕਦੇ ਹਾਂ ਵੈਸੇ ਤਾਂ ਉਸ ਨਾਲ ਜਿਹੜੀਆਂ ਉਹ ਵਾਲੀਆਂ ਹੈਗੀਆਂ ਅਤੇ ਟੇਪ ਕਰਾਤੀ ਉੱਪਰ ਇੱਧਰਲੀ ਸਾਈਡ ਸਰ ਚੈੱਕ ਕਰ ਰਿਜ਼ਲਟ ਤੁਸੀਂ ਪਹਿਲਾਂ ਹੁਣ ਇਹਦੇ 'ਚ ਅਤੇ ਇਹਦੇ 'ਚ ਫਰਕ ਦੇਖੋ ਆਹ ਵੀ ਲੱਗ ਗਈ ਹੁਣ ਆਹ ਸੈਂਟਰ ਲਗਾਉਣਾ ਬਸ ਫਿਰ ਇਹ ਲਗਾ ਕੇ ਚੱਲੀ ਗਏਗਾ ਮੈਚ ਵੇਖੀਏ ਇਹਨਾਂ ਲੇਟ ਕਰਤਾ ਮੈਨੂੰ ਬਹਿ ਜਾ ਕਰਾਤੀ ਕਹਿੰਦੇ ਮੁੰਡਿਆਂ ਨੇ ਪਰ ਆਹ ਥੋੜ੍ਹਾ ਜਿਹਾ ਘੱਟਾ ਪੈ ਗਿਆ ਵੀ ਚਲੋ ਕੋਈ ਗੱਲ ਨਹੀਂ ਇੰਨਾ ਕੁ ਚੱਲਦਾ ਇਹ ਮਾਫੀ ਜੇ ਭਰਾ ਨਾ ਆਪਣੇ ਤਾਂ ਮਾਫ਼ ਕਰਦੀ ਦਾ ਆਹ ਜੋੜ ਲੱਗਾ ਇੱਥੋਂ ਹਲਕਾ ਜਿਹਾ ਬਾਕੀ ਓਕੇ ਚੱਕ ਕੇ ਵੀ ਲਾ ਦਿਆ ਇਹ ਕਹਿੰਦਾ ਵੀਰ ਕਹਿੰਦਾ ਤਾਂ ਹੈਗਾ ਰੀਜਨਲ ਦੇ ਚਲੋ ਜਵਾਨ ਸਿਲੱਖਣੀ ਹੋਵੇ ਬਸ ਇਹ ਵੀ ਕਾਰਡ ਕੱਢ ਜਾਣ ਵੀ ਰਹਿਣਾ ਜਾਣ ਕਿਤੇ ਅੱਗੇ ਸਾਲੇ ਨੂੰ ਲਾਏ ਦੇਸੀ ਜੇ ਲੱਥ ਕੇ ਭਰਾ ਗੱਲ ਇੱਦਾਂ ਵੀਡੀਓ ਚੱਲਦੀ ਪਈ ਅਸੀਂ ਭਾਅ ਜੀ ਕਹਿੰਦੇ ਉੱਦਾਂ ਅਸੀਂ ਭਾਅ ਜੀ ਨਹੀਂ ਕਹਿੰਦੇ ਹੁੰਦੇ ਅਸੀਂ ਉਹਦਾ ਭਰਾ ਨੇ ਅਸੀਂ ਭਰਾ ਹਾਂ ਇਹ ਲੱਗਦਾ ਜਾਂ ਲਾਗ ਦੇ ਉਹ ਮੈਂ ਦੱਸਦਾ ਬਸ ਹੁਣ ਮੈਂ ਜਾ ਰਿਹਾ ਘਰੇ ਗੱਡੀ ਦਾ ਹੋ ਗਿਆ ਕੰਮ ਨਿਬੜ ਗਿਆ ਸਾਰਾ ਪਹੁੰਚ ਗਏ ਘਰੇ ਹਾਂਜੀ ਸਤਿ ਸ਼੍ਰੀ ਅਕਾਲ ਚਾਚੀ ਕਾ ਆ ਕੀ ਖਾਂਦਾ ਚੀਚੀ ਚੀਚੀ ਖਾਂਦਾ ਲਓ ਆਓ ਖਾਓ ਹੱਥ ਕਰੋ ਖਾਓ 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 ਵੈਰੀ ਗੁੱਡ ਅਤੇ ਆਹ ਲਿਆਂਦੀ ਪਰਾਂਦੀ ਇਹ ਜਿੱਦਾਂ ਗੱਡੀ ਧੁਆਵਾਂਗੇ ਨਾ ਅਤੇ ਉੱਦਾਂ ਇਹ ਗੱਡੀ ਨੇ ਬੰਨਾਂਗੇ ਆਪਾਂ ਕਿਉਂਕਿ ਜਦੋਂ ਲਿਆਂਦੀ ਸੀ ਨਾ ਗੱਡੀ ਉਦੋਂ ਦੀ ਬੰਨੀ ਹੀ ਤੈਨੂੰ ਮੈਂ ਪ੍ਰਸ਼ਾਦ ਦੇ ਦੇਣਾ ਵਾ ਤੂੰ ਚੋ ਚੋ ਕੇ ਫੋਨ ਮਾਰਦੀ ਨਾ ਲੱਗੀ ਸਮਝ ਉਹ ਤੇਰੇ ਸੂਟ ਦੇ ਨਾਲ ਮੈਚ ਹੋ ਗਏ ਵੇਖ ਲਓ ਕਵਰ ਹਾਂਜੀ ਲੈ ਹਾਂਜੀ ਉਹ ਫਿਰ ਹੁਣ ਕੀ ਕਰਨਾ ਆ ਫੋਨ ਲੈਣਾ ਆ ਫੋਨ ਲੈਣਾ ਆ ਕੀ ਲੈਣਾ ਆ ਰੋਟੀ ਖਾਂਦੇ ਨੇ ਡੈਡੀ ਬੋਲੀ ਜਾਂਦਾ ਬਾਹਰ ਦੀ ਬੱਤੀ ਆ ਹੋ ਜੂਗੀ ਬੰਦ ਕੀ ਹੋਇਆ ਹੈ ਹਾਂ ਸਹੀ ਗੱਲ ਹੈ ਜੇ ਦੋਵੇਂ ਇਕੱਠੇ ਹੋ ਜਾਣ ਤਾਂ ਸਾਨੂੰ ਇਹ ਕਰਦੇ ਸਿੱਧਾ ਜੀ ਸਹੀ ਗੱਲ ਡੈਡੀ ਤਾਂ ਕੋਈ ਜ਼ਿਆਦਾ ਹੀ ਕਰਦਾ ਉਹਨੇ ਬੱਤੀ ਬੰਦ ਸਹੀ ਗੱਲ ਬੰਦਾ ਰੋਟੀ ਦੀ ਚੱਜ ਨਾਲ ਖਾਵੇ ਰੋਟੀ ਖਾਂਦਾ ਬੋਲੀ ਜਾਂਦਾ ਜੀ ਭਰਾਵਾ ਕੀ ਆਇਆ ਘੱਟ ਕਰ ਲੈਣਾ ਸੀ ਏਸੀ ਕਰਕੇ ਬਿਮਾਰ ਹੋ ਗਏ ਡੈਡੀ ਆਹ ਕੀ ਹੋ ਗਿਆ ਉਹ ਬੰਦ ਕਰ ਉਹਨੂੰ ਯਾਰ
ਧੋਣੀ ਪੈਣੀ ਬੋਤਲ ਉਹਨੂੰ ਪੈਰ ਲਾਈ ਜਾਂਦੇ ਬੋਤਲ ਬਾਥਰੂਮ ਚ ਲੈ ਗਿਆ ਭਰਾਵਾ ਬੰਦਾ ਆਪਣਾ ਬੂਟ ਲਾ ਕੇ ਬਾਹਰ ਜਾਵੇ ਜੁੱਤੀ ਲੈ ਨੀ ਠੀਕ ਕਰਾ ਕੇ ਲੈ ਵੀ ਬਹੁਤ ਵਧੀਆ ਗੱਲ ਹੈ ਜਾਣ ਭਾਜਾ ਜੀ ਅਰਸ਼ਦੀਪ ਹੈਗਾ ਪਹਿਲਾਂ ਓਵਰ ਹੀ ਉਹਨੂੰ ਦੇ ਤਾ ਅਰਸ਼ਦੀਪ ਨੂੰ ਅੱਗੇ ਨਾ ਸੁਦੀਪ ਇਹ ਮੰਮੀ ਕਹਿੰਦੇ ਬੋਤਲ ਹੁਣ ਧੋਣੀ ਪੈਣੀ ਹੈ ਡੈਡੀ ਨੇ ਨਾ ਪੈਰ ਲਾ ਤਾ ਬੋਤਲ ਨੂੰ ਸਹੀ ਗੱਲ ਨੇ ਲਾ ਤਾ ਸੀ ਉਹ ਯੋ ਕੱਪ ਮਿਲਣਾ ਸੀ ਇੰਡੀਆ ਨੂੰ ਜੇ ਜਿੱਤ ਗਏ ਇੰਡੀਆ ਦੇ ਤੇ ਕਹਿੰਦੇ ਪੈਰ ਨਹੀਂ ਰੱਖੀ ਦੇ ਡੈਡੀ ਕਹਿੰਦੇ ਪੈਰ ਨਹੀਂ ਰੱਖੀ ਦੇ ਸਿਰਾਣੇ ਦੇ ਉੱਠ ਕੇ ਤੋਰ ਉੱਠ ਕੇ ਚਲੋ ਠੀਕ ਹੈ ਜੀ ਜੇ ਤੁਹਾਨੂੰ ਅੱਜ ਦੇ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਪਹਿਲਾਂ ਨਵੀਂ ਵੀਡੀਓ ਤੋਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ।